ਵੀਡੀਓ ਵੇਖ ਰਹੇ ਸਾਰੇ ਪਿਆਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਮਾਈਨਰ ਪਾਸਪੋਰਟ ਅਪਲਾਈ ਪ੍ਰੋਸੈਸ ਬਾਰੇ। ਮਾਈਨਰ ਪਾਸਪੋਰਟ ਮੀਨ ਜਿਨ੍ਹਾਂ ਬੱਚਿਆਂ ਦੀ ਉਮਰ 18 ਸਾਲ ਤੋਂ ਘੱਟ ਹੈ ਉਹਨਾਂ ਦਾ ਨਵਾਂ ਪਾਸਪੋਰਟ ਬਣਾਉਣ ਵਾਸਤੇ ਕੀ ਪ੍ਰੋਸੈਸ ਹੈ, ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੇਣ ਜਾ ਰਿਹਾ। ਇਸ ਵੀਡੀਓ ਨੂੰ ਲਾਈਕ ਦੇ ਬਟਨ 'ਤੇ ਕਲਿੱਕ ਕਰਕੇ ਲਾਈਕ ਜ਼ਰੂਰ ਕਰ ਦੇਣਾ। ਚੈਨਲ ਦੀ ਪਹਿਲੀ ਵਾਰ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਜੇਕਰ ਜਾਣਕਾਰੀ ਵਧੀਆ ਲੱਗੇ ਤਾਂ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨਾਲ ਵਟਸਐਪ, ਸ਼ੇਅਰ ਚੈਟ, ਇੰਸਟਾਗ੍ਰਾਮ ਅੱਗੇ ਵੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਸ ਜਾਣਕਾਰੀ ਬਾਰੇ ਅੱਗੇ ਕਿਸੇ ਹੋਰ ਨੂੰ ਵੀ ਪਤਾ ਲੱਗ ਸਕੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰ ਲੈਂਦੇ ਹੈਗੇ ਹਾਂ ਜੀ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਜਿਨ੍ਹਾਂ ਦੇ ਪੇਰੈਂਟਸ ਵਿੱਚੋਂ ਮਾਤਾ ਜਾਂ ਫਿਰ ਪਿਤਾ ਕੋਈ ਵੀ ਬਾਹਰ ਗਿਆ ਹੋਇਆ ਤਾਂ ਤੁਹਾਨੂੰ ਦੱਸ ਦਈਏ ਕਿ ਕਿਹੜੇ ਬੱਚਿਆਂ ਦੇ ਪਰੂਫ ਜਿਹੜੇ ਆ ਹੋਣੇ ਚਾਹੀਦੇ ਨੇ ਜ਼ਰੂਰੀ। ਸਭ ਤੋਂ ਪਹਿਲਾਂ ਅਸੀਂ ਗੱਲ ਕਰ ਲੈਂਦੇ ਹਾਂ ਜੀ ਬੱਚੇ ਦੇ ਕਿਹੜੇ ਪਰੂਫ ਹੋਣੇ ਚਾਹੀਦੇ ਨੇ, ਠੀਕ ਹੈ। ਬੱਚੇ ਦਾ ਜੇਕਰ ਅਸੀਂ ਗੱਲ ਕਰੀਏ ਤਾਂ ਬੱਚੇ ਦਾ ਜੇਕਰ ਬੱਚਾ 5 ਸਾਲ ਤੋਂ ਉਮਰ ਘੱਟ ਹੈ, ਜੇਕਰ ਬੱਚਾ ਸਕੂਲ ਦੇ ਵਿੱਚ ਸਟੱਡੀ ਨਹੀਂ ਕਰ ਰਿਹਾ ਹੈਗਾ, ਠੀਕ ਆ, ਫਿਰ ਬੱਚੇ ਦਾ ਇੱਕ ਡੇਟ ਆਫ ਬਰਥ ਸਰਟੀਫਿਕੇਟ ਜਿਹੜਾ ਆ ਇੰਗਲਿਸ਼ ਵਿੱਚ ਹੋਣਾ ਚਾਹੀਦਾ, ਠੀਕ ਆ। ਨੰਬਰ 2 'ਤੇ ਜਿਹੜਾ ਉਹ ਆਧਾਰ ਕਾਰਡ ਹੋਣਾ ਚਾਹੀਦਾ ਬੱਚੇ ਦਾ। ਬੱਚੇ ਦੀ ਜਿਹੜੀ ਫੋਟੋ ਹੈ, ਜੇਕਰ ਬੱਚੇ ਦੀ ਉਮਰ 5 ਸਾਲ ਤੋਂ ਘੱਟ ਹੈ ਤਾਂ ਫੋਟੋ ਜਿਹੜੀ ਆ ਜਿਹੜੀ ਤੁਸੀਂ ਫਸਟ ਟਾਈਮ ਬੱਚੇ ਦਾ ਆਧਾਰ ਕਾਰਡ ਬਣਾਇਆ ਸੀ ਉਹੀ ਚੱਲੇਗੀ। ਪਰ ਜੇਕਰ ਬੱਚੇ ਦੀ ਉਮਰ 5 ਸਾਲ ਤੋਂ ਉੱਪਰ ਹੋ ਚੁੱਕੀ ਹੈ ਅਤੇ ਤੁਸੀਂ 5 ਸਾਲ ਤੋਂ ਬਾਅਦ ਆਧਾਰ ਕਾਰਡ ਅਪਡੇਟ ਨਹੀਂ ਕਰਾਇਆ ਤਾਂ ਤੁਹਾਨੂੰ ਬੇਨਤੀ ਆ ਕਿ ਤੁਸੀਂ ਪਹਿਲਾਂ ਆਪਣੇ ਬੱਚੇ ਦਾ ਆਧਾਰ ਕਾਰਡ ਜ਼ਰੂਰ ਅਪਡੇਟ ਕਰਵਾਉਣਾ, ਉਹਦੇ 'ਤੇ ਤੁਸੀਂ ਫੋਟੋ ਵੀ ਅਪਡੇਟ ਜ਼ਰੂਰ ਕਰਵਾਉਣੀ ਆ, ਠੀਕ ਆ ਜੀ। ਹੁਣ ਅਸੀਂ ਗੱਲ ਕਰ ਲੈਂਦੇ ਹੈਗੇ ਹਾਂ ਕਿ ਜੇਕਰ ਬੱਚਾ ਸਟੱਡੀ ਕਰ ਰਿਹਾ ਹੈਗਾ ਤਾਂ ਸਕੂਲ ਦੇ ਵਿੱਚੋਂ ਤੁਹਾਨੂੰ ਇੱਕ ਬੋਨਾ ਫਾਈਡ ਸਰਟੀਫਿਕੇਟ ਲੈਣਾ ਪਵੇਗਾ। ਨੰਬਰ 2 'ਤੇ ਤੁਹਾਨੂੰ ਸਕੂਲ ਦੇ ਵਿੱਚੋਂ ਸਕੂਲ ਦਾ ਜਿਹੜਾ ਆਈਡੈਂਟੀ ਕਾਰਡ ਹੁੰਦਾ ਉਹ ਤਾਂ ਤੁਹਾਡੇ ਬੱਚਿਆਂ ਕੋਲ ਹੀ ਹੁੰਦਾ, ਠੀਕ ਹੈ, ਉਹ ਵੀ ਤੁਸੀਂ ਨਾਲ ਲੈ ਕੇ ਜਾਣਾ ਓਰਿਜਨਲ। ਨੰਬਰ 3 'ਤੇ ਜੇਕਰ ਬੱਚਾ ਮਤਲਬ ਕਿ ਫਸਟ ਕਲਾਸ ਵਿੱਚ ਆ ਤਾਂ ਉਹ ਮਤਲਬ ਕਿ ਨਰਸਰੀ ਵਿੱਚ ਆ, ਠੀਕ ਆ, ਬੋਨਾ ਫਾਈਡ ਸਰਟੀਫਿਕੇਟ ਜ਼ਰੂਰ ਚੱਲੇਗਾ। ਜੇਕਰ ਬੱਚਾ ਐਲ ਕੇ ਜੀ ਵਿੱਚ ਆ, ਯੂ ਕੇ ਜੀ ਵਿੱਚ ਆ ਜਾਂ ਫਸਟ ਵਿੱਚ ਆ ਤਾਂ ਬੱਚੇ ਦਾ ਪ੍ਰੀਵੀਅਸ ਕਲਾਸ ਦਾ ਜਿਹੜਾ ਸਰਟੀਫਿਕੇਟ ਹੋਏਗਾ ਉਹ ਵੀ ਤੁਸੀਂ ਨਾਲ ਲੈ ਕੇ ਜ਼ਰੂਰ ਜਾਣਾ। ਇਹ ਰਹੇ ਬੱਚੇ ਦੇ ਪਰੂਫ। ਹੁਣ ਅਸੀਂ ਗੱਲ ਕਰ ਰਹੇ ਹਾਂ ਕਿ ਬੱਚੇ ਨੇ ਜੇ ਪੇਰੈਂਟਸ ਕੋਲ ਕਿਹੜੇ ਪਰੂਫ ਹੋਣੇ ਚਾਹੀਦੇ ਨੇ। ਪੇਰੈਂਟਸ ਦਾ ਜਿਹੜਾ ਪਾਸਪੋਰਟ ਹੈ ਉਹ ਬੱਚੇ ਦੇ ਮਾਤਾ ਅਤੇ ਪਿਤਾ ਦਾ ਦੋਨਾਂ ਦਾ ਹੋਣਾ ਚਾਹੀਦਾ, ਠੀਕ ਹੈ ਜੀ। ਅਤੇ ਹੁਣ ਅਸੀਂ ਗੱਲ ਕਰ ਲੈਂਦੇ ਹੈਗੇ ਹਾਂ ਕਿ ਜੇਕਰ ਮਾਤਾ ਔਰ ਪਿਤਾ ਨੇ ਪਾਸਪੋਰਟ 'ਤੇ ਹਸਬੈਂਡ ਵਾਈਫ ਦਾ ਨਾਮ ਸਪਾਊਸ ਨੇਮ ਐਡ ਨਹੀਂ ਕਰਵਾਇਆ ਤਾਂ ਪਹਿਲਾਂ ਤੁਹਾਨੂੰ ਆਪਣੇ ਪਾਸਪੋਰਟ 'ਤੇ ਹਸਬੈਂਡ ਅਤੇ ਵਾਈਫ, ਠੀਕ ਹੈ, ਜਿਹੜੀ ਵਾਈਫ ਹੈ ਉਹਨੂੰ ਹਸਬੈਂਡ ਦਾ ਨਾਮ ਐਡ ਕਰਵਾਉਣਾ ਹੋਵੇਗਾ ਅਤੇ ਜਿਹੜਾ ਹਸਬੈਂਡ ਹੈ ਉਸਨੂੰ ਆਪਣੀ ਵਾਈਫ ਦਾ ਨਾਮ ਐਡ ਕਰਵਾਉਣਾ ਹੋਵੇਗਾ, ਠੀਕ ਹੈ। ਇਸ ਤੋਂ ਬਾਅਦ ਅਸੀਂ ਗੱਲ ਕਰ ਲੈਂਦੇ ਹੈਗੇ ਹਾਂ ਕਿ ਜੇਕਰ ਪੇਰੈਂਟਸ ਦੇ ਆਧਾਰ ਕਾਰਡ, ਪੇਰੈਂਟਸ ਦੇ ਜਿਹੜੇ ਆਧਾਰ ਕਾਰਡ ਹੈਗੇ ਨੇ ਉਹ ਫੁੱਲ ਪੇਪਰ ਵਾਲੇ ਹੋਣੇ ਚਾਹੀਦੇ ਨੇ। ਛੋਟੇ ਆਧਾਰ ਕਾਰਡ ਜਿਹੜੇ ਆ ਉਹ ਅੱਜ ਕੱਲ੍ਹ ਨਹੀਂ ਚੱਲਦੇ ਹੈਗੇ, ਠੀਕ ਹੈ ਜੀ। ਹੁਣ ਅਸੀਂ ਗੱਲ ਕਰ ਲੈਂਦੇ ਹੈਗੇ ਹਾਂ ਕਿ ਜੇਕਰ ਪੇਰੈਂਟਸ ਵਿੱਚੋਂ ਮਾਤਾ ਜਾਂ ਫਿਰ ਪਿਤਾ ਫੋਰਨ ਕੰਟਰੀ ਵਿੱਚ ਰਹਿ ਰਹੇ, ਚਾਹੇ ਉਹ ਗਲਫ ਵਿੱਚ ਹੈਗੇ ਨੇ ਜਾਂ ਫਿਰ ਯੂਰਪ ਵਿੱਚ ਹੈਗੇ ਨੇ, ਤਾਂ ਉਹਨਾਂ ਦੇ ਕੋਲ ਇੱਕ ਅਨੈਕਸੇ ਸੀ ਔਰ ਇੱਕ ਅਨੈਕਸੇ ਡੀ, ਇਹ ਫੋਰਮ ਜਿਹੜਾ ਹੋਣਾ ਚਾਹੀਦਾ। ਇਸ ਫੋਰਮ ਨੂੰ ਤੁਸੀਂ ਅੰਬੈਸੀ ਵਿੱਚ ਜਦੋਂ ਜਾਣਾ ਹੈਗਾ ਤਾਂ ਇੱਕ ਫੋਰਮ ਜਿਹੜਾ ਅੰਬੈਸੀ ਵਾਲੇ ਵੀ ਤੁਹਾਨੂੰ ਦੇਣਗੇ, ਅਨੈਕਸੇ ਸੀ ਔਰ ਡੀ ਦੇ, ਇਹਨਾਂ ਦੋਨਾਂ ਵਿੱਚੋਂ ਤੁਸੀਂ ਇੱਕ ਫੋਰਮ ਜਿਹੜਾ ਫਿਲਅਪ ਕਰ ਸਕਦੇ ਹੋ, ਜਾਂ ਅਨੈਕਸੇ ਡੀ ਜਾਂ ਅਨੈਕਸੇ ਸੀ, ਠੀਕ ਹੈ, ਔਰ ਇੱਕ ਫੋਰਮ ਜਿਹੜਾ ਤੁਹਾਨੂੰ ਅੰਬੈਸੀ ਵਾਲੇ ਦੇਣਗੇ। ਜਿਹੜੀ ਵੀ ਤੁਹਾਡੀ ਲੋਕਲ ਅੰਬੈਸੀ ਹੋਏਗੀ ਉੱਥੇ ਤੁਸੀਂ ਜਾਣਾ ਕਿ ਅਸੀਂ ਆਪਣੇ ਬੱਚੇ ਦਾ ਪਾਸਪੋਰਟ ਜਿਹੜਾ ਉਹ ਇੰਡੀਆ ਵਿੱਚ ਰਹਿ ਰਹੇ ਨੇ ਪੰਜਾਬ ਦੇ ਵਿੱਚ ਤਾਂ ਅਪਲਾਈ ਕਰਨਾ ਹੈਗਾ, ਉਹ ਇੱਕ ਤੁਹਾਨੂੰ ਫੋਰਮ ਦੇਣਗੇ ਉੱਥੇ ਸਟੈਂਪ ਲਗਾ ਕੇ ਦੇਣਗੇ,
ਠੀਕ ਹੈ। ਔਰ ਤੁਹਾਨੂੰ ਦੱਸ ਦਈਏ ਕਿ ਜਿਹੜਾ ਸਭ ਤੋਂ ਇੰਪੋਰਟੈਂਟ ਕੰਮ ਹੈਗਾ ਕਿ ਜਿਸ ਵੀ ਕਿਸੇ ਨੇ ਫੋਰਨ ਕੰਟਰੀ ਤੋਂ ਤੁਸੀਂ ਕੋਰੀਅਰ ਕਰਨਾ ਹੈਗਾ ਜੋ ਫੋਰਮ, ਠੀਕ ਹੈ, ਉਸ ਫੋਰਮ ਨੂੰ ਜਦੋਂ ਵੀ ਤੁਸੀਂ ਭੇਜਣਾ ਹੈਗਾ ਵਧੀਆ ਕੁਆਲਿਟੀ ਦੇ ਇਨਵੈਲਪ ਵਿੱਚ ਭੇਜਣਾ, ਅਤੇ ਕੋਸ਼ਿਸ਼ ਕਰਨੀ ਹੈ ਕਿ ਜਿਹੜਾ ਐਡਰੈਸ ਹੈਗਾ ਜਿਹੜਾ ਉਹਦੇ 'ਤੇ ਸੈਲੋ ਟੇਪ ਜਿਹੜੀ ਆ ਉਹ ਜ਼ਰੂਰ ਲਗਾਈ ਜਾਵੇ, ਠੀਕ ਹੈ ਜੀ, ਕਿਉਂਕਿ ਕਈ ਵਾਰੀ ਪਾਰਸਲ ਵਾਲੇ ਜਲਦੀਬਾਜ਼ੀ ਵਿੱਚ ਉਹ ਜਿਹੜਾ ਸਟਿੱਕਰਸ ਹੁੰਦਾ ਆ ਉਹ ਕਈ ਵਾਰੀ ਗੁੰਮ ਵੀ ਹੋ ਜਾਂਦਾ ਹੈਗਾ, ਉਹ ਤੋਂ ਲੱਥ ਜਾਂਦਾ ਹੈਗਾ। ਸੋ ਕੋਸ਼ਿਸ਼ ਕਰਨੀ ਹੈ, ਟਰਾਈ ਕਰਨੀ ਹੈ ਕਿ ਤੁਸੀਂ ਜਿਹੜਾ ਇਨਵੈਪ ਲਗਾਉਣਾ ਹੈਗਾ ਜਾਂ ਤਾਂ ਤੁਸੀਂ ਉਹਦੇ 'ਤੇ ਪ੍ਰਿੰਟ ਕਢਵਾ ਕੇ ਲਗਾ ਲਵੋ ਵਧੀਆ ਗਮ ਦੇ ਨਾਲ, ਜਾਂ ਤੁਸੀਂ ਉਹਦੇ 'ਤੇ ਸੈਲੋ ਟੇਪ ਨਾਲ ਕਵਰ ਕਰਕੇ ਭੇਜਣਾ। ਅਤੇ ਜਦੋਂ ਤੁਸੀਂ ਪਾਸਪੋਰਟ ਆਫਿਸ ਜਾਣਾ ਹੈਗਾ ਉਹੀ ਇਨਵੈਲਪ ਜਿਹੜਾ ਨਾਲ ਲੈ ਕੇ ਵੀ ਤੁਸੀਂ ਜਾਣਾ ਹੈ ਜਿਹੜਾ ਤੁਸੀਂ ਅੰਬੈਸੀ ਵਿੱਚੋਂ ਫੋਰਮ ਨੂੰ ਭੇਜਿਆ ਸੀ। ਇਹ ਨਹੀਂ ਹੈਗਾ, ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਡਾਊਟ ਪੈ ਜਾਂਦਾ ਹੈਗਾ ਪਾਸਪੋਰਟ ਆਫਿਸ ਵਾਲਿਆਂ ਨੂੰ ਕਿ ਕਿਤੇ ਇਹਨਾਂ ਨੇ ਇੱਥੇ ਹੀ ਨਾ ਖੁਦ ਨਾ ਫੋਰਮ ਭਰ ਲਿਆ ਹੋਵੇ, ਠੀਕ ਹੈ ਜੀ। ਸੋ ਇਹਨਾਂ ਗੱਲਾਂ ਦਾ ਤੁਸੀਂ ਧਿਆਨ ਜ਼ਰੂਰ ਰੱਖਣਾ ਹੈਗਾ। ਸੋ ਇਹ ਸੀ ਸਾਡਾ ਅੱਜ ਦਾ ਵੀਡੀਓ। ਜੇਕਰ ਤੁਹਾਡੇ ਕੋਲ ਇਹ ਪ੍ਰੂਫ ਨਹੀਂ ਹੋਣਗੇ ਤਾਂ ਤੁਹਾਨੂੰ ਪਾਸਪੋਰਟ ਆਫਿਸ ਵਿੱਚੋਂ ਵਾਪਿਸ ਵੀ ਆਉਣਾ ਪੈ ਸਕਦਾ। ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਜੇਕਰ ਵਧੀਆ ਵੀਡੀਓ ਲੱਗੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ।